ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵੱਲੋਂ ਇੱਕ ਪਾਸੇ ਉੱਘੇ ਦੱਖਣੀ ਕੋਰੀਆਈ ਤੇ ਜਾਪਾਨੀ ਡਿਪਲੋਮੈਟਸ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਉੱਤਰੀ ਕੋਰੀਆ ਦੇ ਹਾਕਮ ਕਿਮ ਯੋਂਗ ਉਨ ਨਾਲ ਸਿਖਰ ਵਾਰਤਾ ਮਗਰੋਂ ਟਰੰਪ ਵੱਲੋਂ ਹੁਣ ਉੱਤਰ ਕੋਰੀਆ ਦੇ ਪੱਖ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਨਾਲ ਟੋਕੀਓ ਤੋਂ ਲੈ ਕੇ ਸਿਓਲ ਤੱਕ ਬੇਚੈਨੀ ਵਾਲਾ ਮਾਹੌਲ ਪੈਦਾ ਹੋ ਰਿਹਾ। ਪੋਂਪੀਓ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਟਰੰਪ ਵੱਲੋਂ ਉੱਤਰ ਕੋਰੀਆਈ ਦਾ ਪਰਮਾਣੂ ਖਤਰਾ ਟਲਣ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਪੂਰੀ ਤਰ੍ਹਾਂ ਸੋਚ ਸਮਝ ਕੇ ਦਿੱਤਾ ਗਿਆ। ਉੱਤਰ ਕੋਰੀਆ ਦੇ ਮੀਡੀਆ ਵਿੱਚ ਚੱਲ ਰਹੀ ਇਸ ਚਰਚਾ ਨੂੰ ਪੋਂਪੀਓ ਨੇ ਅਣਗੌਲਿਆਂ ਕਰ ਦਿੱਤਾ ਤੇ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਖਹਿੜਾ ਛੁਡਾਏ ਬਿਨਾਂ ਹੀ ਉਹਨਾਂ ਤੋਂ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਦੱਖਣੀ ਕੋਰੀਆ ਦੀ ਰਾਜਧਾਨੀ ਵਿੱਚ ਪੋਂਪੀਓ ਨੇ ਕਿਹਾ ਕਿ ਅਸੀਂ ਉੱਤਰੀ ਕੋਰੀਆ ਵਿੱਚ ਪੂਰਨ ਨਿਸ਼ਸਤਰੀਕਰਨ ਵੱਲ ਧਿਆਨ ਕਰ ਰਹੇ ਹਾਂ, ਇਸ ਤੋਂ ਬਾਅਦ ਹੀ ਪਾਬੰਦੀਆਂ ਹਟਾਈਆਂ ਜਾਣਗੀਆਂ। ਪੋਂਪੀਓ ਨੇ ਆਪਣੇ ਏਸ਼ੀਆਈ ਭਾਈਵਾਲਾਂ ਵਿੱਚ ਪਾਈ ਜਾਣ ਵਾਲੀ ਬੇਚੈਨੀ ਨੂੰ ਸ਼ਾਂਤ ਕਰਨ ਲਈ ਇਹ ਗੱਲ ਦੇ ਕੇ ਕਿਹਾ ਕਿ ਜੇ ਉੱਤਰ ਕੋਰੀਆਈ ਆਗੂ ਆਪਣੇ ਵਾਅਦਿਆਂ ਉੱਤੇ ਖਰੇ ਨਹੀਂ ਉਤਰਨਗੇ ਤਾਂ ਮੁੜ ਜੰਗ ਵਾਲਾ ਮਾਹੌਲ ਬਣਨ ਵਿੱਚ ਦੇਰ ਨਹੀਂ ਲੱਗੇਗੀ।